दम्मी होगी घर आ गए चौधरी दिन लगन जा रहे है आप खाली हाथी जा रहे है ते अच्छा लगता है बंदा खाली हाथ पहले मेरी सुनानी इंद्र मंगी हुई आई ए चबल रन इंद्र मंगी हुई आई बल्कि इंद्र फसी हुई आई मेनू ए दस इस बंदे दा इस घर दे विच आना बनदा है या नहीं बनदा जी उठो दम्मी होगी घर आ गए बेवकूफ से बच्चे यार ओ पहले मेनू आवाज दे उस्ताद जी उठो घर आ गया मुड़ मैं उठीवा मुड़ बारी खोल मेनू देख के खड़ोता है ਅਹੀਂ ਤਾਂ ਮੈਂ ਮੋਟਰਸਾਈਕਲ ਤੋਂ ਕਦੀ ਨਹੀਂ ਡਿੱਗਿਆ ਉਸਤਾਦ ਜੀ ਮੈਂ ਤੁਹਾਨੂੰ ਆਵਾਜ਼ ਲਾਈ ਹੈ ਤੇ ਲੇਕਿਨ ਸ਼ੀਸ਼ਾ ਬੰਦ ਸੀ ਤੇ ਮੈਂ ਤਾਂ ਬੂਆ ਖੋਲਿਆ ਉਸਤਾਦ ਜੀ ਬੱਚੀ ਨੂੰ ਮਾਫ ਕਰ ਦੇ ਗਲਤੀ ਹੋਈ ਇਹੋ ਜੀ ਗਲਤੀ ਅਗਾਂ ਤੋਂ ਨਹੀਂ ਕਰਨੀ ਜੇ ਮੈਨੂੰ ਸੱਟ ਫੇਟ ਲੱਗ ਜਾਵੇ ਤਾਂ ਮੋੜ ਮੇਰੀ ਵਜ੍ਹਾ ਤੋਂ ਮੌਤ ਦਾ ਖੂਹ ਚੱਲਦਾ ਹੈ ਮੌਤ ਦੇ ਖੂਹ ਦੇ ਸ਼ੋਅ ਚੱਲਦਣ ਮੇਰੀ ਵਜ੍ਹਾ ਤੋਂ ਟਿਕਟਾਂ ਵਿਕਦੀਆਂ ਮੇਰੀ ਵਜ੍ਹਾ ਤੋਂ ਉਹਨਾਂ ਦਾ ਕਾਰੋਬਾਰ ਬੰਦ ਹੋ ਜਾਸੀ ਉਸਤਾਦ ਜੀ ਸਾਡੇ ਘਰਾਂ ਦੇ ਚੁੱਲ੍ਹੇ ਵੀ ਤੇਰੀ ਵਜ੍ਹਾ ਤੋਂ ਚੱਲਦੇ ਸਾਨੂੰ ਕੁਛ ਹੋ ਗਿਆ ਤੇ ਸਾਡੇ ਚੁੱਲ੍ਹੇ ਕਿੱਥੋਂ ਚੱਲਣ ਬਿਲਕੁਲ ਅੱਛੀ ਗੱਲ ਕੀਤੀ ਅਮੀਆਂ ਗੱਡੀ ਅਗਾ ਲਾ ਦੇ ਤੂੰ ਵੀ ਰੈਸਟ ਕਰ 4 ਵਜੇ ਤੱਕ ਮੈਂ ਸਵਣਾ 4 ਵਜੇ ਮੈਨੂੰ ਉਠਾ ਲਵੀ ਚਲੋ ਆ ਜਾਓ ਅਗਾ ਟੁਰੋ ਆਈ ਲਾ ਬੂਤ ਨੇ ਚਾ ਵਾਹ ਸਾਲੀ ਸਾਹਿਬ ਵਾਹ ਚਾਹ ਤਾਂ ਚੰਗੀ ਬਣਾਈ ਹੈ ਦੁੱਧ ਪੱਤੇ ਹਾਂ ਸਲਾਮ ਅਲੈਕੁਮ ਭਾਈ ਜਾਨ ਬੰਦਾ ਸਲਾਮ ਲਾ ਜਵਾਬ ਵੀ ਦੇ ਲੈਂਦਾ ਮੁਸਕਾਨ ਜੀ ਉਸਤਾਦ ਜੀ ਤੂੰ ਜਾਣਨਾ ਇਹ ਖੋਤੇ ਦੀ ਸ਼ਕਲ ਵਾਲਾ ਬੰਦਾ ਕੌਣ ਹੈ ਮੈਨੂੰ ਕੀ ਪਤਾ ਕੌਣ ਹੈ ਉਸਤਾਦ ਜੀ ਇਹ ਮੇਰਾ ਸੰਡੂ ਹੈ ਮੇਰੀ ਸਾਈ ਦਾ ਘਰ ਵਾਲਾ ਹੈ ਤੇ ਮੇਰੀ ਸਵਾਣੀ ਦਾ ਪਹਿਲਾ ਮੰਗੇਤਰ ਹੈ ਪਹਿਲੇ ਮੇਰੀ ਸਵਾਣੀ ਇਹਦੇ ਨਾਲ ਮੰਗੀ ਹੋਈ ਆਈ ਇਹ ਚਬਲ ਰਨ ਇਹਦੇ ਨਾਲ ਮੰਗੀ ਹੋਈ ਆਈ ਬਲਕਿ ਇਹਦੇ ਨਾਲ ਫਸੀ ਹੋਈ ਆਈ ਤੇ ਮੈਂ ਤੁਨ ਕੇ ਸ਼ਾਦੀ ਇਹਦੇ ਨਾਲ ਕੀਤੀ ਹੈ ਮੈਂ ਕਿਹਾ ਇਹਦੀ ਭੈਣ ਕਾਰ ਕੜਿੱਛੀ ਹੈ ਮੈਂ ਉਹਦੇ ਨਾਲ ਸ਼ਾਦੀ ਨਹੀਂ ਕਰਨੀ ਤੇ ਇਹ ਹੁਣ ਵੇਖ ਤੇ ਉਸਤਾਦ ਜੀ ਇਹ ਗੱਲ ਮੈਨੂੰ ਕਿਉਂ ਦੱਸਦੇ ਪਏ ਜੋ ਉਸਤਾਦ ਜੀ ਮੈਨੂੰ ਕਿਉਂ ਮਾਰਦੇ ਪਏ ਹੋ ਮੈਂ ਤੈਨੂੰ ਇਹ ਪੁੱਛਣਾ ਚਾਹਨਾ ਕਿ ਮੈਨੂੰ ਇਹ ਦੱਸ ਇਸ ਬੰਦੇ ਦਾ ਇਸ ਘਰ ਦੇ ਵਿੱਚ ਆਣਾ ਬਣਦਾ ਹੈ ਜਾਂ ਨਹੀਂ ਬਣਦਾ ਨਹੀਂ ਬਣਦਾ ਉਸਤਾਦ ਜੀ ਤੇ ਫਿਰ ਇਹਨੂੰ ਤੂੰ ਉਠਾ ਸੇ ਕਿ ਮੈਂ ਉਠਾਵਾਂ ਉਸਤਾਦ ਜੀ ਤੁਸੀਂ ਉਠਾਓ ਤੁਹਾਡੇ ਘਰ ਦਾ ਮਾਮਲਾ ਹੈ ਦਰਸਲ ਤੇਰਾ ਕਸੂਰ ਹੀ ਕੋਈ ਨਹੀਂ ਮੌਤ ਦੇ ਖੂਹ ਵਿੱਚ ਮੋਟਰਸਾਈਕਲ ਘੁਮਾ ਘੁਮਾ ਕੇ ਨਾ ਤੇਰਾ ਅਕਲ ਵੀ ਗੁੰਮ ਗਿਆ ਮੈਂ ਇੱਜ਼ਤ ਨਾਲ ਵਾਗ ਜਾਣਾ ਮੇਰੇ ਨਾਲ ਬਦਤਮੀਜ਼ੀ ਨਹੀਂ ਕਰਨੀ ਜਾਣਾ ਤਾਂ ਬਾਅਦ ਦੀ ਗੱਲ ਹੈ ਤੂੰ ਮੈਨੂੰ ਸਿਰਫ ਇਹ ਦੱਸ ਇਸ ਪਾਕ ਸਰ ਜ਼ਮੀਨ ਉੱਤੇ ਤੂੰ ਆਇਆ ਕਿਸ ਹਿਸਾਬ ਵਿੱਚ ਇਹ ਜ਼ਮੀਨ ਤੂੰ ਪਲੀਤ ਕਿਉਂ ਕੀਤੀ ਹੈ ਲੈ ਪਲੀਤ ਹੋ ਗਈ ਮੈਂ ਕਿ ਇੱਥੇ ਕੁੱਤੇ ਨਾ ਚਾਈ ਰੱਖਣ ਇਸ ਗੱਲ ਦਾ ਮਤਲਬ ਸਮਝ ਚ ਆਇਆ ਕਿ ਨਹੀਂ ਨਹੀਂ ਉਸਤਾਦ ਜੀ ਇਸ ਗੱਲ ਦਾ ਮਤਲਬ ਇਹ ਹੈ ਇਸ ਮੈਨੂੰ ਮਿਹਣਾ ਮਾਰਿਆ ਹੈ ਮੈਂ ਇੱਥੇ ਕੁੱਤੇ ਨੇ ਨਚਾਉਂਦਾ ਪਿਆ ਕੁੱਤੇ ਨਚਾਉਣ ਤੋਂ ਮੁਰਾਦ ਦਿੰਦਾ ਇਹ ਹੈ ਕਿ ਮੈਂ ਖੁਸਰੇ ਨਚਾਉਣਾ ਮੈਨੂੰ ਇਸ ਮਿਹਣਾ ਦਿੱਤਾ ਹੈ ਮੈਂ ਖੁਸਰੇ ਨਹੀਂ ਨਚਾਉਂਦਾ ਇਸ ਗੱਲ ਦਾ ਇਹਨੂੰ ਪਤਾ ਹੋਣਾ ਚਾਹੀਦਾ ਮੈਂ ਮੌਤ ਦਾ ਖੂਹ ਚਲਾਉਣਾ ਉਹਦੇ ਵਿੱਚ ਮੋਟਰਸਾਈਕਲ ਚਲਾਉਣਾ ਖੁਸਰੇ ਆਦੀ ਮਰਜ਼ੀ ਤੋਂ ਨੱਚਦੇ ਨੇ ਔਰ ਆਪਦੇ ਪੈਸੇ ਕਮਾਉਂਦੇ ਨੇ ਨੱਚ ਕੇ ਉਹ ਭਾਈ ਮੈਂ ਤੈਨੂੰ ਕੋਈ ਮਿਹਣਾ ਨਹੀਂ ਦਿੱਤਾ ਮੈਂ ਆਪਦੀ ਸਾਸ ਦਾ ਪੈਗਾਮ ਲੈ ਕੇ ਆਇਆ ਮੈਂ ਤੇਰੇ ਕੋਲ ਕੋਈ ਪੈਗਾਮ ਨਹੀਂ ਸੁਣਨਾ ਚਾਹੁੰਦਾ ਤੇ ਆਦੇ ਮੂੰਹ ਨਾਲ ਪੈਗਾਮ ਮੈਨੂੰ ਨਾ ਸੁਣਾਵੀਂ ਰਮਜ਼ੀ ਦੱਸ ਨਹੀਂ ਆਦੇ ਮੂੰਹ ਨਾਲ ਦੱਸ ਕੀ ਪੈਗਾਮ ਹੈ ਰਮਜ਼ੀ ਪੈਗਾਮ ਇਹ ਹੈਗਾ ਮੇਰੀ ਮਾਂ ਨੇ ਨੂੰ ਇਸ ਵਾਸਤੇ ਗਲਿਆ ਹੈਗਾ ਮੇਰੀ ਜਿਹੜੀ ਭੈਣ ਹੈ ਨਾ ਫਰਜ਼ਾਨੀ ਉਹਦੇ ਅੱਜ ਦਿਨ ਰਖੀਣੇ ਹੈਗੇ ਤੇ ਇਹਨੂੰ ਗਲਿਆ ਇਸੂ ਕਿ ਉਹਨੂੰ ਦੱਸ ਕਿਹਾ 3 ਵਜੇ ਆ ਜਾਵਾਂ ਤੇ ਸ਼ੁਕਰ ਹੈ ਤੂੰ ਵੀ ਟਾਈਮ ਨਾਲ ਆ ਗਿਆ ਆਪਾਂ 3 ਵਜੇ ਜਾਵਣਾ ਮੇਰੇ ਮਾਂ ਪਿਓ ਇਕੱਲੇ ਇਹ ਗੱਲ ਉਹ ਆਪ ਆ ਕੇ ਵੀ ਇੱਥੇ ਕਰ ਸਕਦੀ ਹੈ ਤੇਰੀ ਮਾਂ ਦੀ ਲੱਤਾਂ ਨੂੰ ਕੋਈ ਫਾਲਜ ਕੋਈ ਨਹੀਂ ਹੋਇਆ ਤੇਰੇ ਪਿਓ ਨੂੰ ਕੋਈ ਫਾਲਜ ਕੋਈ ਨਹੀਂ ਹੋਇਆ ਫਲਕੂ ਨੂੰ ਉਹ ਵੀ ਇੱਥੇ ਆ ਕੇ ਆਖ ਸਕਦਾ ਹਾਂ ਰਮਜ਼ੀ ਕਿਵੇਂ ਦੀ ਗੱਲਾਂ ਕੀਤੀ ਜਾਂਦਾ ਹੈਗਾ ਚੁੱਪ ਕਰ ਜਾ ਮੇਰੇ ਮਾਂ ਪਿਓ ਨੂੰ ਫਾਲਜ ਫੁਲਜ ਨਾ ਦੱਸ ਪਿਆ ਮੈਂ ਸਾਰੀ ਰਾਤ ਦਾ ਜਾਗਿਆ ਹੋਇਆ ਹਾਂ ਤੇ ਮੈਂ ਐਵੇਂ ਦੀਆਂ ਗੱਲਾਂ ਕਰਨੀਆਂ ਨੇ ਇੱਕ ਤਾਂ ਮੈਂ ਪਹਿਲੇ ਬਹੁਤ ਤੰਗ ਆ ਉੱਤੋਂ ਫਿਰ ਸ਼ਰੀਕ ਦੁਸ਼ਮਣ ਲਾਂਤੀ ਕਿਸਮ ਦਾ ਇਨਸਾਨ ਲਿਆ ਕੇ ਘਰੇ ਖੜਵਾਈ ਖੜੋਤੀ ਉਹਨੂੰ ਜ਼ਿਆਦੀਆਂ ਗੱਲਾਂ ਨਾ ਕਰ ਮੇਰਾ ਬਣਵਈਆ ਹੈਗਾ ਤੇ ਤੂੰ ਉਹਨੂੰ ਕੋਈ ਗੱਲ ਘਰੋਂ ਵਗ ਜਾਂਦਾ ਹੈਗਾ ਤੂੰ ਆਂ ਜਾ ਭੂਤ ਨੇ ਆ ਇਹ ਬਣਵਈਆ ਹੁਣ ਬਣਿਆ ਹੈ
पहले तेरा आशिक तेनु मुंदरिया छले लिया के देंदा हुंदा गिफ्ट च। रमजी गल मेरी बर्दाश्त तू बाहर आंदी पी हैगी है, ए मैनु मुंदरिया छले लिया के देंदा या ना तो मैनु बहन समझ के लिया देंदा है। मेरा हुन भी ब्राह है ते ओदो भी ब्राह हैगा या जो मैं इतना फसी होंदी ते मैं इंदे नाल शादी कराई, मैं तेना भला करदी आई। ओ तो मैं तेरा दा नहीं ना लगन दित्ता ता तेरी शादी एदे नहीं होई, नहीं तो तू तो तरला मारे ही हा। जे तेरा विराह हा तो तू एवें इनू बागां दे विच जाके मिलदी होनी है। बागां दे विच ना ए माली हैगा या ते एक दो बार मिंदी रोटी लेके गई हैगी ते नाले ओथों फ्रूट लेके आ जांदी है, ते कोई जुर्म हो गया। उस्ताद जी को तुहाडे खानदान च कोई बदनाम लड़की होवे ना तो मेरा तो तरोपा पर। साडे खानदान दे विच ना एडी गंदी औरत कोई भी नहीं हैगी, ते ना मैं हैगी। आदी जुबान संभाल के गल करी पे मैं, रन बड़ी कुपत्ती जी हैगी हूं। हुण ते तेरे कलच खांड पै गए ना, हुण ते आदे शिरगिरदा कोली मैनूं मेहनत सारा खाता खोल छड़े उन्ना गल करनी करनी है। आ जेड़ा तेरा बेली खला खुसरा इस जाके पूरे मौत आले खूह च इस गल दा ढोल ना ना वजाया तो मेरा नाम वटा छड़ी। ये कोई ऐसी गल नहीं करता, तू आदा मुंह बंद रख ते इथों निकल। सुनदी पई है सुगरिया, मैं जेड़ा तुहाडे बुए ते आवणा इना बस आ लिया। अगर तू मैं तुहाडे बुए ते नहीं आवणा ना तुसी मेरे अल आवणा। आज लो हुण तुहाडा साडा मरण जीवन खत्म, ते मैं आपदी सास नूं जा के आना। तू जेड़ा रमजी ना ओनू गोडे ना ला के बहु, मैं तेरे तों अज लो दूर आउंदा पिया। ए चंगा कीता है जेड़ा आप ही मरण जीवन खत्म कर छड़े। वैसे भी तू मर जावणा है ना ते मेरे कोल तेरे जनाजे ते आया ही नहीं जाणा, क्योंकि कोई ना कोई मेला लग्गिया होणा। मैं उत्थे मौत दे खूह दे विच मोटरसाइकिल चलाउंदा पिया होणा। तेरा दिमाग काम करदा पेगा, मेरा बणवाइया हैगा, मेरे बहन दा साईं हैगा, उनू किवें दी गल्ला कीते जाणा हैगा, कोई होश ना गल कर ला। नहीं ते तेरे जेड़े बहन दा साईं है ओ स्टे लै के आया होया, ओस कोई नहीं मरना। ते सारे मरने हैगा, मैं भी मरना तू भी मरना हैगा, लेकिन गल्ला ते ना ना ई दी कर पिया। वे मेरा भरा तू इंज काम कर, तू हुण घरे जा पिया ते मैं आ जा सा ते ई दी गल्ला ना कीती जा। आपा एक दूजे नाल लवणा वरतना हैगा। ए हुण टाइम गए ते तू मेरे जनाजे ते आ या ना मैनूं कोई फर्क नहीं पंदा। ओ जे दे तेरा पियो मरिया ओस दे ते तू मेले च मसरूफ है, तू तां पियो दे जनाजे ते ना आया सके। मेरे अल तू किवें हमसे काम 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 किसे सियाने बंदे आख्या भी काम नु अहमियत दियो। ए गल्लां तां मर होंदियां रहंदियां, तू इत्थों निकलना है कि मैं तैनूं रेस देवां। मैं जानदा पिया रेस ना मैनूं दे गोलिया। रमजी तू चंगी नहीं कीती हैगी। की चंगी नहीं कीती, तू मेरे बड़वैया दी इन्नी बेइज्जती कर दित्ती हैगी है। ओहो अगे कड़ा इंदे उत्ते चादरां चढ़दियां ने, मैं हिकले जने बेइज्जती कीती, इंदी तां सारा पिंड बेइज्जती करदा। उसे तू किथे होनी दर्दन ढोले दी। हां दर्दन ढोले दी, कोई नहीं सारा पिंड बेइज्जती करदा हैगा। तू ऐ कर मेरे वास्ते कोई रोटी छोटी दा बंदोबस्त कर, गणी बूथी ना डिंगी करके खड़ोती कर मेरे कोल, ते मैं हुण जट सौवां आ खलाऊंगा मैं। हां सौ जा। चला मुस्कान मेरे लत्तां घोट जरा, मैं सौवां। बड़ी गल है ਚਾਹ ਦੀ ਸੁਣਾਓ ਪੀ ਸੋ ਕੇ ਰੋਟੀ ਖਾਸੋ। ਨਹੀਂ ਨਹੀਂ ਅਸੀਂ ਕੁਛ ਵੀ ਨਹੀਂ ਖਾਂਦੇ ਪੀਂਦੇ। ਹੈ ਆ ਗਿਆ ਆ ਗਿਆ ਆ ਗਿਆ ਕੀ ਗੱਲ ਹੈ, ਤਪਿਆ ਕਿਉਂ ਹੋਣਾ ਤਪਿਆ ਕਿਉਂ ਬਣਾ ਬਸ ਹੁਣ ਤਪਣਾ ਮੈਂ ਤੇਰੀ ਮਾਂ ਮੇਰੀ ਜਾਨ ਕੇ ਬੇਇੱਜ਼ਤੀ ਕਰਵਾਈ। ਉਤਨਾ ਮੇਰੀ ਮਾਂ ਨੂੰ ਭਲਾ ਕਿਹੜੀ ਲੋੜ ਹੈ ਤੇਰੀ ਬੇਇੱਜ਼ਤੀ ਰਮਜੀ ਕੋਲ ਕਰਵਾਉਣ ਵਾਸਤੇ। ਉਸ ਤਾਂ ਇਹ ਆਖਿਆ ਕਿ ਅੱਜ ਮੇਰੀ ਧੀ ਦੇ ਸ਼ਗਨਾਂ ਦੇ ਦੇ ਹੈ, ਤੇ ਉਹ ਵਾ ਗੱਲ ਹੋ ਗਈ ਹੈ ਕਿ ਚੰਗੇ ਸ਼ਗਨ ਸਜਾਈ ਖਲੋਤਨ ਮੇਰੀ ਮਾਂ ਦੇ ਜਵਾਈ। ਤੈਨੂੰ ਉਸ ਆਖਿਆ ਕੀ ਹੈ? ਉਹ ਕੁੱਤਾ ਮੈਨੂੰ ਆਂਦਾ ਤੇਰਾ ਸੁਗਰੀ ਨਾਲ ਆਖ ਮਟੱਟਾ ਚੱਲਦਾ ਹੈ, ਤੇ ਤੁਹਾਨੂੰ ਮੁੰਦਰੀਆਂ ਛੱਲੇ ਲਾ ਕੇ ਦੇਣਾ, ਬਾਗਾਂ ਜਾ ਕੇ ਮਿਲਣਾ। ਅੱਛਾ ਉਹ ਅਗਲਾ ਸ਼ੱਕ ਹਾਲੇ ਤੀਕਰ ਉਸ ਕੁੱਤੇ ਦੇ ਜ਼ਹਿਨ ਚੋਂ ਨਹੀਂ ਨਿਕਲਿਆ। ਨਹੀਂ ਨਿਕਲਿਆ ਤੋਸ ਮੈਨੂੰ ਬੇਇੱਜ਼ਤ ਕੀਤਾ ਨਾ, ਯੋਂ ਤਾਂ ਦਿਲੇ ਸ਼ੱਕ ਨਾਮ ਦਾ ਤਾਂ ਮੈਨੂੰ ਬੇਇੱਜ਼ਤ ਕਰਿੰਦਾ ਹੈ, ਜਿਹੜਾ ਤੂੰ ਮੇਰੇ ਘਰ ਲਵਣ ਕੀ ਆਇਆ। ਚਲ ਹੁਣ ਤੂੰ ਨਵੀਂ ਰਾਂਦ ਘਰੇ ਨਾ ਬਣਾ ਤੇ ਨਾ ਤੂੰ ਕਬੜੀ। ਮੈਂ ਜਾ ਕੇ ਅੰਮਾ ਨਾਲ ਗੱਲ ਕਰਨੀ, ਅੰਮਾ ਆਪੇ ਉਹਦਾ ਮੂੰਹ ਤਾਂ ਮਾਰ ਲਈ ਸੀ, ਕਿਉਂਕਿ ਮੈਂ ਉਹਦਾ ਮੂੰਹ ਤਾਂ ਨਹੀਂ ਮਾਰ ਸਕਦੀ ਹਾਂ। ਮੈਂ ਮੋੜ ਵੀ ਉਹਦੀ ਨਿੱਕੀ ਸਾਲੀ ਹਾਂ, ਮੇਰੀ ਗੱਲ ਕੀਤੀ ਘਣੀ ਵੱਧ ਜਾਸੇ। ਨਹੀਂ ਵੱਧਦੀ खुशी है साली दी, कोई नी खंजीर नू को रोला बनया खला। वैसे ना
ਜਿੱਥੇ ਘਣੇ ਕੁੱਤੇ ਆਵਣ ਉੱਥੇ ਇੱਕ ਆ ਜਾਵੇ ਤੇ ਬਰਦਾਸ਼ਤ ਨਹੀਂ ਕਰਦੇ। ਅੱਛਾ ਜਾ ਜਾ। ਅੱਛਾ ਜਾ ਜਾ। ਪੱਠੇ ਮੈਨੂੰ ਟੁਕਣੇ ਪਾਉਂ ਫਿਰ ਕੱਲੇ। ਚੌਧਰੀ ਦਿਨ ਰੱਖਣ ਜਾ ਰਹੇ ਹੈਗੇ ਆਪਾਂ, ਖਾਲੀ ਹੱਥ ਹੀ ਜਾ ਰਹੇ ਹੈਗੇ ਤੇ ਅੱਛਾ ਲੱਗਦਾ ਹੈ ਬੰਦਾ ਖਾਲੀ ਹੱਥ। ਉਹ ਲੈ ਲਾਂਗੇ ਮਿਠਾਈ ਵੀ, ਸਬਰ ਕਰ ਅਜੇ ਮੇਰੀ ਮਰਜ਼ੀ ਜੋ ਨਾ ਦਿਨ ਰੱਖੇ ਅਕਲ ਮਾੜੀ ਸੀ ਜਿਹੜਾ ਤੇਰੇ ਘਰ ਪਰ ਨਾ ਦਿੱਤਾ ਇਹਨਾਂ ਨੇ ਮੈਨੂੰ। ਤੇਰੇ ਪਿਆਰ ਨਾਲ ਤੇ ਮੈਂ ਪਿੱਛਾ ਬੋਲਦਾ ਹੀ ਨਹੀਂ ਆ, ਤੇ ਜਿਹੜੇ ਕੰਮ ਜਾਂਦੇ ਪਏ ਉਹ ਕੰਮ ਹੀ ਸਾਨ ਨਹੀਂ ਹੋਣਾ ਇਹ ਕਿਚਕਿਚ ਦੇ ਵਿੱਚ ਅਗਾ ਟੁਰ ਪਵੋ। ਜੇ ਸਾਡੀ ਕਿਚਕਿਚ ਦੀ ਵਜ੍ਹਾ ਤੋਂ ਤੇਰਾ ਕੰਮ ਨਹੀਂ ਨਾ ਹੋਣਾ ਤੇ ਅਸੀਂ ਦੋਵੇਂ ਭੈਣ ਭਰਾ ਜਾਣੇ ਪਏ ਤੇ ਜਾ ਕੇ ਗੱਲ ਆਪ ਹੀ ਕਰ ਲੈ, ਤੈਨ ਉਹਨਾਂ ਤੋਂ ਆਪ ਹੀ ਲਾਇਆ। ਚੱਲ ਵੇ ਵੀਰਾ ਚੱਲ। ਮੈਂ ਆ ਮਿਠਾਈ ਲੈਣ ਜਾਂਦਾ ਰਸਾ, ਤੈਨੂੰ ਨਹੀਂ ਗੱਲ ਦਾ ਤੇਰੇ ਬਿਆਨ ਨਾਲ ਗਾਂ ਟੋਰ। ਮੈਂ ਇਹ ਨਹੀਂ ਸੀ ਕਹਿੰਦੀ ਪਈ ਕਿ ਤੂੰ ਮਿਠਾਈ ਲੈਣ ਚਲਾ ਜਾ, ਮੈਂ ਤਾਂ ਸਿਰਫ ਤੈਨੂੰ ਇੰਨੀ ਗੱਲ ਕੀਤੀ ਹੈਗੀ ਹੈ ਕਿ ਆਪਾਂ ਚੌਧਰੀ ਹੀ ਗਏ ਆ ਤੇ ਆਪਾਂ ਖਾਲੀ ਹੱਥ ਜਾਂਦੇ ਹੋਏ ਚੰਗੇ ਨਹੀਂ ਲੱਗਦੇ। ਅੱਛਾ ਬਾਬਾ ਗਲਤੀ ਹੋ ਗਈ, ਤੁਰ ਪਾ ਰੱਬ ਦਾ ਵਾਸਤਾ ਹੀ। ਉਹ ਟੁਰੀ ਤੇ ਜਾਨੀ ਆ, ਮੈਂ ਕਿਹੜਾ ਰਿੜੀ ਜਾਨੀ ਆ। ਚੱਲ ਚੱਲ। ਅਮਾ ਕਿਉਂ ਲੰਦੀ ਹੋ? ਰੋਂਦੀ ਪਈ ਆ ਤੇਰੀ ਬਹਿਣ ਅੰਦਰ ਪ੍ਰਦਾਨੀ ਰੋਂਦੀ ਪਈ ਆ ਤੇ ਮੇਰਾ ਦਿਲ ਬੈੜਾ ਹੁੰਦਾ ਪਿਆ ਤਾਂ ਰੋਂਦੀ ਪਈ। ਓਏ ਅਮਾ ਤਰਕੜੀ ਉਹ ਧੀਆਂ ਪਰਾਈਆਂ ਹੀ ਆਉਂਦੀਆਂ ਨੂੰ ਨਾ ਇੱਕ ਦੇ ਜਾਣਾ ਹੀ ਆਉਂਦਾ, ਇਹਦੇ ਚ ਰੋਵਣ ਵਾਲੀ ਕਿਹੜੀ ਗੱਲ ਏ? ਧੀਆਂ ਤੇ ਮੇਰੇ ਪੁੱਤਰ ਜਾਮਣਾ ਹੁੰਦਾ ਹੈ ਨਾ, ਜਦੋਂ ਤੇਰੇ ਚ ਧੀ ਹੋਏ ਨਾ ਤਾਂ ਤੂੰ ਉਠਾਇਆ ਮੋੜ, ਤੈਨੂੰ ਪਤਾ ਲੱਗ ਸੀ। ਓਏ ਅਮਾ ਇਹ ਮੇਰੀ ਬਹਿਣ ਏ, ਇਹ ਵੀ ਧੀਆਂ ਵਰਗੀ ਏ, ਇਹਦਾ ਫਰਜ਼ ਅਦਾ ਕਰਨਾ ਤੂੰ ਸਾਡਾ ਹੱਕ ਬਣਦਾ ਹੈ ਨਾ। ਉਹ ਤਾਂ ਤੇਰੀ ਗੱਲ ਸੱਚੀ ਮੇਰਾ ਪੁੱਤਰ। ਚਲੋ ਇਹਨਾਂ ਗੱਲਾਂ ਨੂੰ ਛੱਡੋ, ਤੇ ਉਹ ਕੋ ਦੇਗਾ ਤੂੰ ਕਹਿੰਦਾ ਇੰਤਜ਼ਾਮ ਹੋ ਗਿਆ ਕੋਈ ਨਹੀਂ। ਹਾਂ ਅੱਬਾ ਇੱਕ ਡੇਕ ਮਿੱਠੇ ਚਾਵਲਾਂ ਦੀ ਇਹ ਗੋਸ਼ਤ ਦੀ ਹੋਈ ਪਈ ਏ। ਓ ਯਾਰ ਗੋਸ਼ਤ ਦੀਆਂ ਦੋ ਕਰ ਲੈਣੀਆਂ ਹਨ ਤੇ ਆਪਣੇ ਜਵਾਈ ਵੀ ਆਉਂਦੇ ਪੈਂਦੇ ਆ ਨੀ, ਗਵਾਂਢੀਆਂ ਨੂੰ ਵੀ ਦੇਣਾ ਸੀ ਕੋਈ। ਇੱਕ ਵਾਰੀ ਇਹ ਇੱਕ ਡੇਕ ਗੋਸ਼ਤ ਦੀ ਬੜੀ ਏ, ਅਵਾਂਢ ਗਵਾਂਢ ਆਪਾਂ ਸ਼ਾਦੀ ਵਾਲੇ ਦੇ ਦੇ ਲਈ ਸਾਰੋ ਤੇ। ਸ਼ਾਦੀਆਂ ਕਿਹੜੀਆਂ ਸਦੀਆਂ ਖੜੋਤੀਆਂ, ਜਵਾਈ ਤੁਹਾਡੇ ਆਖ ਕੱਢੀ ਖੜੋਤੇ। ਕੀ ਹੋਇਆ ਕੀ ਏ? ਆ ਬੂਤਰੇ ਨੇ ਦੰਮੀ ਨਾਲ ਗੱਲਿਆ ਈ ਚ ਰਮਜੀ ਅੱਲੇ ਉਹ ਸੁੱਤੂ ਨੂੰ ਗਾਲੀ ਕੱਢ ਤੇ ਘਰੋਂ ਚ ਚਿਕਿਆ। ਮੈਂ ਮੁਕਾਲੀ ਆਖ ਬੈਠੀ ਆ ਬੂਤਰੇ ਨੂੰ, ਉਜਾ ਲਗਾ ਜਾ ਤੇ ਉਹਨੂੰ ਜਾ ਕੇ ਸੁਨੇਹਾ ਦੇ ਆ। ਨੀ ਮੇਰੀ ਮਾਂ ਤੈਨੂੰ ਚੰਗਾ ਭਲਾ ਪਤਾ ਹੈ, ਰਮਜੀ ਤੇ ਬੂਤਰੇ ਦਾ ਇਹ ਤੇ ਕੁੱਤੇ ਵਾਲਾ ਵੈਰ ਏ, ਉਹ ਜਦੋਂ ਇਕੱਠੇ ਹੁੰਦੇ ਨੇ ਉਹਨਾਂ ਦੀ ਚੁੰਝ ਲੜਦੀ ਰਹਿੰਦੀ। ਓਏ ਅੰਮਾ ਤੈਨੂੰ ਪਤਾ ਜੀ ਹਾਂ ਬਈ ਇਹ ਦੋਵੇਂ ਇੱਕੋ ਜਿਹੇ ਤੋਂ ਤੂੰ ਇੱਕ ਨੂੰ ਦੇ ਲਵਿਆ ਤੇ ਇੱਕ ਦਾ ਆਪਾਂ ਕਿਤੇ ਲਾਮੇ ਕਰ ਲਵਿਆ, ਇਹ ਤਾਂ ਦੋਵੇਂ ਕਲਾ ਹਨ। ਮੈਂ ਤਾਂ ਨਹੀਂ ਦੇਵਾ ਸੁ, ਜਿਹੜੀ ਆ ਮੁਕਾਲੀ ਖਲੋਤੀ ਹੈ ਨਾ ਇਹ ਸੋਦੇ ਰਿਸ਼ਤਾ ਕਰਵਾਇਆ, ਐਸਾ ਕਹ ਨਹੀਂ ਅੰਮਾ ਮੌਤ ਦੇ ਖੂਹ ਤੇ ਕੰਮ ਕਰਦਾ ਤੇ ਤੱਬੇ ਰੁਪਈਆਂ ਦੇ ਲਾਏ ਅੰਦਾ, ਭੁੱਖੀ ਨਾ ਹੀ ਮਰਦੀ ਮੇਰੀ ਭੈਣ। ਉਸੇ ਤੇ ਮੇਰੇ ਪੈਰਾਂ ਚ ਨਾ ਹੀ ਉਠਿੰਦਾ ਹਾ ਕੁੱਤਾ, ਹੁਣ ਪਤਾ ਲੱਗਾ ਜਿਸ ਲੋ ਦੇ ਵਾਹ ਪਏ ਹਾਂ। ਉਸੇ ਲੋ ਤੇਰੇ ਪੈਰਾਂ ਚ ਨਹੀਂ ਉਠਿੰਦਾ, ਹੁਣ ਉਹ ਤੁਹਾਡੇ ਜੋੜਾਂ ਚ ਬਹਿ ਗਿਆ ਰੀ ਵਾਹ ਵਾਹ। ਮੈਂ ਕੱਢ ਲਈ ਸਾ। ਮੇਰੀ ਜੀ ਤੂੰ ਆ ਗਈ ਹੈ ਨਾ, ਤੂੰ ਇੱਥੇ ਬਹਿ ਜਾ, ਉਹ ਆਉਂਦੇ ਤੇ ਠੀਕ ਨਹੀਂ ਤਾਂ ਦਫਾਵਣ ਬੈਠੇ ਰਵਣਾ ਦੇ ਘਰੇ। ਅਲਕਸ਼ਰਾ ਇਹ ਗੱਲ ਨਾ ਕਰੋ, ਅਗਲੇ ਅਕਸਰ ਨਹੀਂ ਨਾਂਦੇ ਬੋਤ ਜਵਾਈ ਵੀ ਕੋਈ ਨਹੀਂ ਆ ਕੇ ਬੈਠੇ, ਤੂੰ ਇਹ ਜੇ ਕਿਉਂ ਉਹਨਾਂ ਨੂੰ ਮੱਤਾਂ ਪੇ ਦੇਣਾ ਏ? ਮੁੜ ਵਗ ਜਾ ਤੇ ਪੈਰ ਫੱਦ ਕੇ ਲੈ ਆ ਉਹਨਾਂ ਨੂੰ। ਵਗ ਜਾਨੀ ਆ ਬਿੱਲੋ, ਆਪਾਂ ਦੋਵੇਂ ਚੱਲੀਆਂ ਵਗ ਚੱਲੀਏ ਜਾ ਕੇ ਮਨਾ ਲਿਆ ਵੀ ਜੇ ਲੋਕੀ ਆਪਾਂ ਨੂੰ ਗੱਲਾਂ ਕਰ ਸਾਡਾ ਆਪਣਾ ਇੱਥੋਂ ਨੱਕ ਵੱਡੀ ਬਣਾ ਮੁੱਢੂ। ਲੋਕੀ ਨੱਕ ਵੱਡਣ ਜਾਂ ਨਾ ਵੱਡਣ, ਮੇਰੀ ਮਾਂ ਤੇਰੇ ਜਵਾਈ ਤਾਂ ਵੱਡੀ ਖੜੇ ਨੇ। ਅਸੀਂ ਤਾਂ ਤੁਹਾਨੂੰ ਪਰਨਾ ਕੇ ਕਿਸੇ ਹਜ਼ਾਰ ਵਿੱਚ ਫਸ ਗਿਆ ਬਿਰਾ ਜਾਣਾ ਤਾਂ ਹੈ ਕਿ ਨਾ ਹੈ ਕਿਤੇ ਅਈ ਲੋਖਾਂ ਪੁਰਾਣੇ ਸਿਰ ਤੇ ਆ ਖੜੇ। ਹੋਰ ਭਰਾਵਾ ਸੁਣਾ, ਸਭ ਠੀਕ ਠਾਕ ਹੈ ਨਾ? ਹਾਂਜੀ ਠੀਕ ਠਾਕ ਅਲਹਮਦੁਲਿਲਾ। ਕੀ ਮਾਸ਼ਾਅੱਲਾ ਅੱਜ ਤੇ ਬੜੀ ਟੌਰ ਕੱਢੀ ਫਿਰਨਾ। ਆ ਪੁੱਤਰ ਤੇ ਦੇ ਰੱਖਣ ਆਇਆ, ਆ ਟੌਰ ਤਾਂ ਮੁੜ ਕੱਢਣੀ ਹੈ ਨਾ। ਓ ਮੀਆਂ ਖੁਸ਼ੀ ਦੇ ਵਕਤ ਤੇ ਟੋਰਾ ਨਿਕਲਦੀਆਂ ਨੇ, ਐਵੇਂ ਤਾਂ ਨਹੀਂ ਨਾ ਨਿਕਲਦੀਆਂ। ਅੱਛਾ ਯਾਰ ਕੁਕੀ, ਉਹ ਤੁਸੀਂ ਤਿੰਨ ਬੰਦੇ ਹੀ ਆ ਗਏ ਜੇ, ਤੁਸੀਂ ਤਾਂ ਕਿਹਾ ਸੀ ਅਸੀਂ 15 ਬੰਦੇ ਆਵਾਂਗੇ। ਓਏ ਅਸੀਂ ਸੋਚਾ ਉਹ ਰੱਖਣ ਤੇ ਦੇਣੀ ਹੈ, ਕਿਆ ਤੁਹਾਡਾ ਖਰਚਾ ਕਰਾਉਂਦੇ ਬੱਤੀ? ਹਾਂ ਭਰਾ, ਤੇ ਤੁਹਾਡੇ ਘਰ 'ਚ ਤੇ ਸਾਡੇ ਘਰ 'ਚ ਹੁਣ ਕਾਹਦਾ ਫਰਕ ਹੀ ਗਿਆ? ਤੁਹਾਡਾ ਖਰਚਾ ਹੋ ਗਿਆ ਤੇ ਸਾਡਾ ਹੋ ਗਿਆ, ਸਾਡਾ ਹੋ ਗਿਆ ਤੇ ਤੁਹਾਡਾ ਖਰਚਾ ਹੋ ਗਿਆ। ਅਸੀਂ ਤਾਂ ਯਾਰ 15 ਬੰਦਿਆਂ ਦਾ ਇੰਤਜ਼ਾਮ ਕੀਤਾ। ਚਾਚਾ ਫਲਕ ਸ਼ਰ ਕੋਈ ਗੱਲ ਨਹੀਂ, ਬਕਾਇਆ ਸਾਨੂੰ ਨਾਲ ਦੇ ਦੇਗਾ, ਬਣਵਈਆ ਮੇਰਾ ਸਾਰੀ ਰਾਤ ਉੱਠ ਤੇ ਖਾਂਦਾ ਹੈ। ਚਲੋ ਠੀਕ ਭਰਾਵਾ, ਇਹਨਾਂ ਦੀ ਤੇ ਆਦਤ ਹੀ ਗਈ ਹੈ ਮਜ਼ਾਕ ਕਰਨ ਦੀ, ਕੋਈ ਗੱਲ ਨਹੀਂ, ਜਿਹੜਾ ਕੋਈ ਵੱਧ ਜਾਏਗਾ ਤੇ ਕਿਸੇ ਮਹੱਲੇ 'ਚ ਫੜ ਤਕਸੀਮ ਕਰ ਦੇਣਾ। ਹਾਂ ਫਿਰ ਇਸ ਤਰ੍ਹਾਂ ਹੀ ਕਰਾਂਗੇ ਨਾ। ਹਾਂਜੀ ਰਮਜੀ ਬਦਰ, ਹੁਣ ਮੇਰੀ ਗੱਲ ਦਾ ਤੂੰ ਕੋਈ ਜਵਾਬ ਦੇ, ਚਾਹ ਚੁੱਪ ਕਰਕੇ ਬੈਠੋ ਆ। ਏ ਜਾ ਮਾਈ ਜਵਾਬ ਬਈ ਰਮਜੀ, ਆ ਵੇਖੀ ਨਾ, ਮੈਂ ਤੇਰੀ ਨਿੱਕੀ ਸਾਲੀਆਂ ਤੇ ਤੇਰੇ ਅੱਗੋਂ ਹੱਥ ਬੰਨੀ ਖੜੋਤੀ ਆ,
खुदा ना ही उठे कटोर पाए अगे अम्मा मेरे नक दे उत्ते मारी है भी इस रिश्ते दे नेड़े मैं जांदी नहीं है सुतो है मेरी धी सुगरी फसाई है रमजी ने तू मेरी साली है रंग दी काली है पर कर्मा वाली है ए तू मैनू नहीं फसाया हा सुगरी नु मैं आप फसाया हा ते शादी की रमजी विचोलन ते मैं बणी आ सू जहान दियां लांतां ते मैं मुंह ते मलियां हाण ओ तो हुण भी तैनू पौंदियां पईयां ओ लांतां तेरी किस्मत ए चण तेनू चवां पासू लभणियां लांतां मैनू लभदियां पईयां नो मैं हां जो लांतां दी चाऊ सुगरा बण एदा मुंह ना वेख उठ चल बहन नु सोणा करिए इयो समी साईं अपने साईं मर गए ठीक हो गया रमजी तू जाना है कि नहीं जाना आखरी बारी मैं तेनू आख दी पेगी ने तो मैं उठ के भाग जास ओहो मैं कदो इनकार कीता कि बहन नहीं जावना ओ मैं जांदा पया आदी साली दे दे रखाई सा आप अचल मुस्कानी सिद्धा चली आ मुस्कानी ना लाए के जा मुस्कानी थइया रवे लोकी मन गल्ला कर सेन ओ माई ये केड़ी गल भी करनी है ए ते तू बगैर ता उस्ताद बिशाब करन भी नहीं जांदा माई जे मुस्कानी नहीं जाएगा तो फिर मैं भी नहीं जावांगा क्योंकि मेरा खुसरे तो बगैर गुजारा नहीं होंदा मेरे इर्द गिर्द मेरे सज्जे खब्बे खुसरे ना होवन तो मैनू तो साह औखा हुंदा कोई थई बोल पर खत बोकदा रहा अम्मा तू ही जैद छड़ जा इनू जावन दे जिवें आखदा पैगा उवें कीती जा तू नहीं मेरी मां आज दी दिहाड़ी है सिद्धी छुरी कोवे पुट्ठी कोवे ते कुछ दी आ हां चल दो रमजी ओ नाले फायदा ही है एदू गड्डी पै जा सर नाल दो गाने करा लवे चल गड्डी ले आ रो साडा केड़ा विराह पर नींदा पिया सुना आज नोरदेसी करा ली यही तैनू की मैं पता हां बरल तू मोश की कुत्ता तैनू पता लाग जांदा तू मुशक लाइना नहीं पता जेर दे तेरा मुंह टूटे लिट्टा भी जावे ना ओ दे तेरी बेइज्जती होई होंदी करावे क्यों भी दरियाई घोड़े दे मुंह वाले आ हां मुसी ओ चरस पाओ मैं खान रमीज खान वड़ैत जोया पठान उस्ताद अल्लाह दित्ते दा शागिर्द तेरे कोल आया खोता मोटरसाइकलिस्ट तेरे कोल चल के आया खोता तैनू मनावण भई आजा चलिए किदे चलिए अपनी साली दी गड्डी पौंदियां पईयां अपना हक बणदा के आपा उस छोर दे सिर ते हाथ रखिए जे ले मैं तेरे घर गिया खलामू इया गल करन वास्ते तू उल्टा मैनू सुगरी दे पल्ले पा दित्ता वे भरावा जेड़ी पहले हो गई ओनू दफा कर ते हुण जाके मेरी बहन दा दिन रखाओ मैं ते देहां दूं अज कोई नहीं जावणा आ बैठा ने इनू ला जा नहीं मेरे भरा तेरी भी साली हैगी बहन हैगी तो उठी खलोवा जिद ना करो लड़ाइयां च की पिया आ लड़ाई बणाईंदा कुत्ता मैं इनू दिल्लू चंगा समझना ए मैनू कुत्ता तेरा वढेंदा मैनू जख्म करेंदा चल परा दफा कर जा ओ माई साबरा ते सुगरी गल ए है कि मेरा काम हां आवणा मैं चल के इंदे बूहे ते आया खोता इनू मिन्नत भी कीती खोता ते आखी भी खड़ोता हुण मेरा टाइम जाया ना करो चार बजे शो है मैं मोटरसाइकिल चलावना है मैं चार बजे पहुंचना है उत्थे मैनू लेट ना करो उतना मेरा पुत तेन मैं सारे तू चंगा गिनदी आ सू तो हुण तू हरामी बणया बैठा जो उन मैं मना के लाया दा तो हुण तू उठी बाओ ना जेद बनाओ उतना तुसी मेरी मां नु मां त नहीं समझया ओ सास ही समझी खड़ोते ने ना बार बार मेरी मां तोड़े तरले कर दी गती है ओ हे कारी तो सानू शरीक ही सोणा करो चाहे पिछे तोड़ा दिल पिया तो मेरी मां दे बुवे ते जिवे ना पिया तो सानू तनु लायक ही नहीं जानिया दो मैं बणा आप मिलन वाग गई हां करसा आज सानू तोड़ा पता लगा खड़ो मैं तोड़ी मां माता कदी मैं उंदे तरले लेनी आ कदी मैं तेरे तरले लेनी ਵੇ ਬੈੜਿਆ ਉਠੀ ਬਵਾ ਮੈਨੂੰ ਨਾ ਗੰਦਿਆ ਕਰੋ ਸਕੀਆਂ ਮਾਵਾਂ ਤੇ ਤੁਹਾਨੂੰ ਰੋਟੀਆਂ ਨਹੀਂ ਦਿੰਦੀਆਂ ਤੇ ਪਜਾ ਕੱਢਦੀਆਂ ਠੀਕ ਹੈ ਮੀਆਂ ਚੱਲੋ ਦੇ ਰੱਖ ਲੈਣਾ ਬਾਅਦ ਚ ਇਹਨਾਂ ਮੈਂ ਨਿਭੜ ਲੈਸਾਂ ਇਵੇਂ ਨਹੀਂ ਜਾਣਾ ਹੈਗਾ ਦੋਵੇਂ ਭਰਾ ਬਣੋ ਇੱਕ ਦੂਜੇ ਦੀ ਜੱਫੀਆਂ ਪਾਓ ਗੱਲ ਨਾ ਲਾ ਕੇ ਫੇਰ ਅਗਾ ਟੁਰੋ ਗੱਲੇ ਮੈਂ ਤਾਂ ਮੌਤ ਦੇ ਮੂੰਹ ਦੇ ਵਿੱਚ ਹਰ ਵੇਲੇ ਰਹਿਣਾ ਮੇਰਾ ਦਿਲ ਮੋਮਨ ਹੈ ਮੇਰਾ ਦਿਲ ਸਾਫ਼ ਹੈ ਇਹਦੇ ਵਾਸਤੇ ਇਹ ਇਹਨਾਂ ਦਿਲ ਵਿੱਚ ਕੋੜ ਕੋਣ ਨਹੀਂ ਹੈਗਾ ਚੱਲ ਮੇਰਾ ਭਰਾ ਜੱਫੀ ਪਾ ਮੇਰੇ ਸਾਇਨ ਦੋਵੇਂ ਭਰਾ ਬਣ ਚੱਲ ਗੱਤੌਰ ਕੀ ਵੰਦਾ ਨੇ ਉਹ ਮੇਰੇ ਮੂੰਹ ਅੱਲੇ ਸ਼ਾਬਾਸ਼ ਸਿਆਣੇ ਬਣੇ ਕੀਤੇ ਕਰੋ ਹਾਂ ਜੀ ਹਟੋ ਜ਼ਿੰਦਗੀ ਮੌਤ ਦਾ ਪਤਾ ਕੋਈ ਨਹੀਂ ਹਾਂ ਉਸਤਾਦ ਜੀ ਟੁਰੋ ਟੁਰੋ ਟੁਰ ਨਹੀਂ ਹੈਗਾ ਬਿੱਲੋ ਚੁਕੋਰੇ ਮੇਰੇ ਸੋਹਣੇ ਰੱਬਾ ਉਹ ਫਲਕ ਸ਼ੇਰ ਹੈ ਕਿੰਨੀ ਕਿ ਦੇਰ ਹੈ ਇਸ ਤਾਂ ਲੇਟ ਹੋਈ ਜਾਂਦੇ ਆ ਹਾਂ ਭਰਾਵਾ ਸਾਡੇ ਮਹਿਮਾਨ ਘਰ ਬੈਠੇ ਹੋਏ ਨੇ ਸਾਡਾ ਵੇਟ ਕਰਦੇ ਪਏ ਨੇ ਜਲਦੀ ਨਾਲ ਇਤੋਂ ਸਾਨੂੰ ਤੁਸੀਂ ਫਾਰਗ ਕਰੋ ਦਿਨ ਦੇ ਕੇ ਤੇ ਅਸੀਂ ਘਰ ਜਾਈਏ ਆਪਣੇ ਬਸ ਸਾਬਰਾ ਗਈ ਕਿਸੇ ਕੰਮ ਉਹ ਆ ਜਾਂਦੀ ਤਾਂ ਪਤੇ ਮਿਥ ਲੈਨੇ ਆ ਗਈਆਂ ਟੈਨਸ਼ਨ ਨਾ ਲਾਇਆ ਇਹ ਦੇਖ ਹੋਰ ਕੀ ਹਾਲ ਚਾਲ ਹੈ ਮੈਂ ਠੀਕ ਠਾਕ ਹਾਂ ਸੁਗਰੀ ਤੂੰ ਸੁਣਾ ਤੂੰ ਠੀਕ ਹੈ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਆਪਣਾ ਆ ਹੇਕਾਂ ਵਾਲੇ ਖੋਤੇ ਨੂੰ ਛੋੜ ਦਿੰਦੀਆਂ ਪਈ ਢੋਲ ਢੋਲ ਦਲੀਲ ਦਾ ਬੱਚਾ ਨਾ ਵੇ ਇਹ ਕੌਣ ਹੈਗਾ ਇਹਨੂੰ ਰੋਕੋ ਇਹ ਕਮਲਾ ਰਮਲਾ ਮੇਰਾ ਜਵਾਈ ਹੈ ਰਮਜ਼ੀ ਕੋਈ ਕੰਟਰੋਲ ਕਰ ਬੜੀ ਮਿਹਰਬਾਨੀ ਮੇਰੀ ਭੈਣ ਇਹਦੇ ਪਰਨੀਕ ਜਾਮਣਾ ਹੈਗਾ ਚਲੋ ਚਲੋ ਕੋਈ ਜਵਾਈ ਹੈ ਤੈਨੂੰ ਤਮੀਜ਼ ਸਿਖਾਓ ਇਹਨੂੰ ਛੋਟੇ ਵੱਡੇ ਦੀ ਪਹਿਚਾਣ ਹੀ ਕੋਈ ਨਹੀਂ ਬਾਜੀ ਛੱਡੋ ਇਹਨਾਂ ਸਾਰੀਆਂ ਗੱਲਾਂ ਨੂੰ
ਤੁਸੀਂ ਸਾਨੂੰ ਨਾ ਫਟਾਫਟ ਦੇਣ ਦਿਓ ਤੇ ਅਸੀਂ ਜਾਈਏ। ਹਾਂ ਹਾਂ ਦੇਨੇ ਆ ਦੇਣ ਫਲਕ ਸ਼ੇਰਾ ਦੇ ਇਹਨਾਂ ਨੂੰ। ਜੇ ਫਲਕ ਸ਼ੇਰ ਨਹੀਂ ਦੇ ਦੇਣੇ ਹਨ ਤਾਂ ਮੁੜਾ ਅਸੀਂ ਇੱਥੇ ਕੇ ਵਾਸਤੇ ਆਏ। ਰਮਜ਼ੀ ਮੇਰਾ ਪਿਓ ਵੱਡਾ ਹੈਗਾ, ਤੁਸੀਂ ਨਿੱਕੇ ਨੇ ਤਾਂ ਉਹਨੂੰ ਦਿਨ ਦੇਵਨ ਦਿਓ ਸੋਚ ਸਮਝ ਕੇ। ਉਹ ਇਹ ਸੋਚ ਸਮਝ ਕੇ ਦਿਨ ਦੇਵਣ ਕਿ ਮੇਰੇ ਸ਼ੋਅ ਕਿਹੜੇ ਕਿਹੜੇ ਦਿਨਾਂ ਦੇ ਵਿੱਚ ਹੁੰਦੇ ਨੇ ਤੇ ਕਿਹੜੇ ਕਿਹੜੇ ਦਿਨਾਂ ਵਿੱਚ ਨਹੀਂ ਹੁੰਦੇ। ਮੈਂ ਮੌਤ ਦੇ ਖੂਹ ਦੇ ਵਿੱਚ ਮੋਟਰਸਾਈਕਲ ਚਲਾਉਣਾ ਤਾਂ ਮੈਂ ਇੱਕ ਅਹਿਮ ਬੰਦਾ ਹਾਂ ਤੇ ਮੇਰਾ ਜ਼ਰੂਰੀ ਹੁੰਦਾ ਮੇਲੇ ਤੇ ਪਹੁੰਚਣਾ। ਚਲੋ ਠੀਕ ਹੋ ਗਏ ਫਲਕ ਸ਼ੇਰਾ, ਤੂੰ ਚੁੱਪ ਕਰਕੇ ਬਾਹੋ ਆਪਣੇ ਜਵਾਈ ਦੇਣ। ਚਲੋ ਤੂੰ ਤਾਂ ਬੂਤਣਾ ਦੇ ਉਹਦੇ ਕਿਤਨੇ ਕਿਤੇ ਦਿੰਦੇ ਨੇ। ਸਾਬਰਾਂ ਮੇਰੇ ਤੇ ਪਹਿਲੇ ਦੇਣ ਦੀ ਚੁੱਪ ਹੈ, ਜਿਵੇਂ ਤੇਰੇ ਜਵਾਈ ਰਾਜ਼ੀ ਹੁੰਦੇ ਨਾ ਉਵੇਂ ਕਰ ਲਵਾਂ। ਹਾਂ ਵੀ ਬੂਤਣਿਆ ਕੀ ਦੇਣ ਦੇਣਾ ਹੈ? ਮੇਰੇ ਜ਼ਹਿਨ ਦੇ ਮੁਤਾਬਿਕ ਉਤਲੇ ਮਹੀਨੇ ਦੀ 16 ਤਰੀਕ ਦੇ ਦੇ ਫਾਈਨਲ ਕਰ ਦੇ। 16 ਤਰੀਕ ਨੂੰ ਤਾਂ ਮੇਲਾ ਹੈ ਅੱਲਾ ਦੇ ਬੰਦੇ ਆ। ਤੇ ਤੂੰ ਮੇਲਾ ਕੈਨਸਲ ਕਰ ਦੇ। ਮੇਲਾ ਕੈਨਸਲ ਨਹੀਂ ਹੁੰਦਾ ਹੁੰਦਾ, ਰੋਡੂ ਸੁਲਤਾਨ ਵਾਲਾ ਮੇਲਾ ਹੈ ਅੱਲਾ ਦੇ ਬੰਦੇ, ਐਡਾ ਵੱਡਾ ਮੇਲਾ। ਅੱਛਾ ਮੀਆਂ ਐਂ ਕਰੋ, ਚੰਨ ਦੀ 17 ਤਰੀਕ ਜਿਹੜੇ ਨਾ ਅਸੀਂ ਵਿਹਲੇ ਹਾਂ, ਉਦੋਂ ਤੁਸੀਂ ਬਰਾਤ ਲੈ ਕੇ ਆ ਜਾਵੇ 17 ਤੇ 18। 17 ਨੂੰ ਪਾਣੀ ਦੀ ਵਾਰੀ ਤੇ 18 ਨੂੰ ਪਾਣੀ ਦੀ ਵਾਰੀ, ਅਸੀਂ ਵਿਹਲੇ ਕੋ ਨਹੀਂ ਆ, ਕੋ ਹੋਰ ਦੇ ਦਿਓ। ਅੱਬਾ ਮੈਂ ਪਾਣੀ ਲਾ ਲੈ ਸਾਂ, ਤੁਸੀਂ ਆਦੀ ਫਾਈਨਲ ਕਰੋ। ਤੂੰ ਚੁੱਪ ਕਰਕੇ ਬਹਿ। ਵੇਖੋ ਭਾਈ ਲਾਲ ਕਲੰਗੀ ਵਾਲੇ, ਤੁਸੀਂ ਪਾਣੀ ਤੇ ਬੰਦਾ ਕੋਈ ਰੱਖ ਲਓ, ਉਹ ਪਾਣੀ ਲਾਵੇ, ਤੁਸੀਂ ਬਰਾਤ ਲੈ ਕੇ ਇੱਥੇ ਆ ਜਾਓ। ਰਮਜ਼ੀ ਕੋਈ ਗੱਲ ਨੀ, ਹਿੱਕ ਦੇ ਨਾ ਜਾਵੀ ਪਿਆ ਖਾ। ਤੂੰ ਪਾਗਲ ਤਾਂ ਨਹੀਂ ਹੋਈ ਖੜੋਤੀ ਹੈ? ਮੇਰੀ ਵਜ੍ਹਾ ਤੂੰ ਮੇਲਾ ਰੁਕ ਜਾਸੀ। ਮੇਲਾ ਤਾਂ ਨਹੀਂ ਰੁਕਣਾ ਹੈਗਾ, ਕੋਈ ਹੋਰ ਬੰਦਾ ਸਾਥ ਲਈ ਸਨ, ਤੂੰ ਇੱਕ ਦਿਨ ਛੁੱਟੀ ਕਰ ਲਓ। ਹੋਰ ਕਿਹੜਾ ਬੰਦਾ ਜਿਹੜਾ ਮੇਰੇ ਤਰ੍ਹਾਂ ਮੋਟਰਸਾਈਕਲ ਚਲਾਉਂਦਾ? ਮੈਂ ਤਾਂ ਮੋਟਰਸਾਈਕਲ ਹੱਥ ਛੱਡ ਕੇ ਚਲਾਉਣੇ ਸਿੱਖ ਗਿਆ। ਮੈਂ ਤਾਂ ਮੋਟਰਸਾਈਕਲ ਐਂ ਚਲਾਉਣਾ ਜਦੋਂ ਉੱਤੋਂ ਰੁਪਈਏ ਫੜ ਲੈਣਾ ਆਵਾਮ ਕੋਲੋਂ। ਚੁੱਪ ਕਰ, ਕੋਈ ਹੋਰ ਦੇ ਦੇ ਚੋਣਾਂ। ਠੀਕ ਹੈ ਮੀਆਂ, ਤੁਹਾਡੀ ਇਹ ਜ਼ਿੱਦ ਹੈ ਤੇ 18 ਤਰੀਕ ਨੂੰ ਅਸੀਂ ਆ ਜਾ ਸਾਂ। ਉਹ ਜੱਗਿਆ ਪਾਣੀ ਤੂੰ ਲਾ ਲ। ਮੈਂ ਤਾਂ ਬਹੁਤ ਪਹਿਲੇ ਹੀ ਆਉਂਦਾ ਪਿਆ, ਪਾਣੀ ਮੈਂ ਲਾ ਲੈ ਸਾਂ। ਠੀਕ ਹੈ ਦੇ, ਪੱਕੇ ਕਰ ਲਓ। ਠੀਕ ਹੈ ਮੀਆਂ, 18 ਤਰੀਕ ਮਨਜ਼ੂਰ ਨੇ? ਹਾਂ ਮਨਜ਼ੂਰ ਹੈ। ਮੁਬਾਰਕ ਹੋਵੇ ਤੁਹਾਨੂੰ ਸਾਰਿਆਂ ਨੂੰ। ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਮਾਈ ਸਾਬਰਾਂ ਤੈਨੂੰ ਮੁਬਾਰਕ ਹੋਵੇ, ਤੇ ਨਾਲ ਇਹ ਮੈਨੂੰ ਦੱਸ ਪਿਛੋਰ ਨੂੰ ਜਹੇਜ ਦੇ ਵਿੱਚ ਕੀ ਦਿੰਦੀ ਪਈ ਹੈ? ਮੇਰਾ ਪੁੱਤਰ ਮੈਂ ਤਾਂ ਗਰੀਬ ਨਹੀਂ ਸਮਾਨੀ ਆ, ਮੈਂ ਤਾਂ ਕੁਝ ਹੀ ਕੋਈ ਨਹੀਂ ਦਿੰਦੀ ਪਈ ਆ, ਮੈਂ ਤਾਂ ਤਿੰਨਾਂ ਕੱਪੜਿਆਂ 'ਚ ਪਰਨਾ ਛੱਡਣਾ। ਉਹ ਖਾਂਦੇ ਪੀਂਦੇ ਲੋਕ ਹਨ, ਉਹਨਾਂ ਦੀਆਂ ਸ਼ਕਲਾਂ ਵੇਖ, ਉਹਨਾਂ ਦੀਆਂ ਤੁਰੀਆਂ ਵੇਖ, ਇਹ ਤਾਂ ਲੱਗਦਾ ਕੋਈ ਵੱਡੇ ਖਾਨਦਾਨੀ ਬੰਦੇ ਨੇ। ਉਹਨਾਂ ਨੂੰ ਤਿੰਨਾਂ ਕੱਪੜਿਆਂ 'ਚ ਛੋੜ ਦੇ ਕੇ ਉਹਨਾਂ ਦੀ ਬੇਇੱਜ਼ਤੀ ਕਰੋ? ਸਾਡੀ ਉਹਨਾਂ ਨਾਲ ਗੱਲ ਪਹਿਲੇ ਹੋਈ ਹੋਈ ਹੈ ਕਿ ਅਸਾਂ ਛੋਰ ਦਾ ਖਾਲੀ ਨਿਕਾਹ ਦੇਣਾ, ਸ਼ਾਇਬ ਨਾਲ ਕੋਈ ਨਹੀਂ ਦੇਣੀ ਹੈ, ਤੇ ਤੂੰ ਘਰ ਦਾ ਜਵਾਈ ਬਣ, ਸ਼ਰੀਕ ਨਾ ਬਣ। ਚਲੋ ਠੀਕ ਹੈ, ਮੈਂ ਤਾਂ ਕੋਈ ਗੱਲ ਨਹੀਂ ਕਰਦਾ। ਆ ਲੈ ਜਾਓ ਮੀਆਂ ਤੇਰੇ ਕੱਪੜਿਆਂ ਦੇ ਵਿੱਚ ਛੋਰ, ਨੱਕ ਵੱਡਿਆਂ। ਜੇ ਦੇਜ ਨਹੀਂ ਨਾ ਦੇਣਾ ਹੈਗਾ ਤੇ ਮੈਂ ਦੇਣ ਵੀ ਨਹੀਂ ਲੈਂਦੀ ਹੈਗੀ, ਮੇਰੇ ਪੁੱਤਰ ਵਾਸਤੇ ਕੁੜੀਆਂ ਬਥੇਰੀਆਂ। ਚੱਲ ਚੌਧਰੀ ਚੱਲੀ ਗਈ ਆਪਣੇ ਘਰ। ਜੱਗੀ ਛੱਡ ਦੇ ਇਸ ਗੱਲ ਨੂੰ, ਉਹ ਮੈਂ ਨਾ ਗੱਲ ਕੀਤੀ ਹੋਈ ਹੈ, ਅੱਲਾ ਨੇ ਦਿੱਤਾ ਸਾਰਾ ਕੁਝ ਆਪਣੇ ਕੋਲ। ਮੇਰੇ ਮਾਂ ਪਿਓ ਨੂੰ ਤਾਂ ਤੂੰ ਇਹ ਗੱਲ ਕੋਈ ਨਹੀਂ ਸੀ ਆਖੀ ਹੈਗੀ, ਤੂੰ ਤਾਂ ਧੱਕੇ ਨਾਲ ਸਭ ਕੁਝ ਲਿਆ ਸੀ। ਉਦੋਂ ਦੀਆਂ ਗੱਲਾਂ ਉਦੋਂ ਤੇ ਛੱਡ, ਤੇ ਫਿਰ ਇਹ ਵੀ ਗੱਲ ਉਹਦੇ ਤੋਂ ਹੀ ਛੱਡ, ਮੈਂ ਤਾਂ ਨਹੀਂ ਲੈਂਦੀ ਹੈਗੀ। ਉਹ ਮਾਈ ਤੁਸੀਂ ਇੱਥੇ ਆਪਸ ਵਿੱਚ ਨਾ ਲੜੋ, ਜਿੰਨਾ ਤੁਹਾਨੂੰ ਜੇਲ੍ਹ ਚਾਹੀਦਾ ਨਾ ਅਸੀਂ ਦੇ ਛੱਡਨੇ ਆ। ਪੁੱਤਰ ਤੂੰ ਕਿੱਥੋਂ ਦੇ ਦੇਵੇਂਗਾ? ਮੈਂ ਦੇ ਲੈ ਸਾਂ। ਇਸ ਮੁੰਡੇ ਨੇ ਸਾਡੀ ਸ਼ਾਮ ਦੇ ਮੁਤਾਬਕ ਗੱਲ ਕੀਤੀ ਹੈਗੀ ਏ, ਤੇ ਘਰ ਜਾ ਕੇ ਨਾ ਮੈਂ ਸਮਾਨ ਦੀ ਲਿਸਟ ਭੇਜ ਦੇਵਾਂਗੀ। ਤਿੰਨ ਠੰਡ ਪੈ ਗਈ। ਹਾਂ ਉਸਤਾਦ ਜੀ, ਠੰਡ ਬਾਅਦ ਹੀ ਪਾ ਲਵੇ ਜੇ। ਓਏ ਆਪਣੇ ਸ਼ੋਅ ਦਾ ਟਾਈਮ ਹੋ ਗਿਆ ਤੇ ਟਾਈਮ ਜਾਂਦਾ, ਬਸ ਜਲਦੀ ਕਰੋ ਚੱਲੀਏ। ਹਾਂ ਤੇਰੀ ਗੱਲ ਸਹੀ ਹੈ, ਚੱਲਨੇ ਆ ਆਪਾਂ। ਲਓ ਜੀ ਮੈਨੂੰ ਇਜਾਜ਼ਤ ਦਿਓ, ਸਾਡੇ ਸ਼ੋਅ ਦਾ ਟਾਈਮ ਆਉਣ ਵਾਲਾ ਤੇ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ। ਰੋਟੀ ਤਾਂ ਖਾਦੀ ਜਾ। ਰੋਟੀ ਅਸੀਂ ਰਾਹ 'ਚ ਖਾ ਲਿਸਾਂ, ਤੂੰ ਟੈਨਸ਼ਨ ਨਾ ਲੈ। ਉਤਰਿਆ ਚੱਲ ਮੇਰੇ ਨਾਲ, ਮੈਂ ਹੱਥ ਛੱਡ ਕੇ ਹੁਣ ਮੌਤ ਦੇ ਖੂਹ ਦੇ ਵਿੱਚ ਮੋਟਰਸਾਈਕਲ ਚਲਾਉਣਾ, ਤੂੰ ਜ਼ਰਾ ਸ਼ੋਅ ਵੇਖੀ। ਚੱਲ ਠੀਕ ਹੈ ਜੀ, ਤੂੰ ਮੈਨੂੰ ਦਿਲ ਨਾਲ ਲੈ ਕੇ ਜਾਊਂਗਾ, ਮੇਰੀ ਘੜੀ ਨਾ। ਓਏ ਯਾਰੋ ਤੂੰ ਇਸ਼ਕ ਚਾਵੇ ਗਲੀ ਗਲੀ ਵਾਲੇ ਗਾਣੇ ਤੇ ਨੱਚਦਾ ਨਹੀਂ ਹੈ? ਹਾਂ ਹਾਲੀ ਵੀ ਮੈਂ ਨੱਚਣਾ ਤੇ ਉਹ ਗਾਣਾ ਮੈਨੂੰ ਬੋਲ ਹੀ ਨਹੀਂ ਸਕਦਾ ਮਰਦਿਆਂ ਤੱਕ। ਤੇ ਬਸ ਮੁਸਕਾਨ ਦੇ ਨਾਲ ਤੈਨੂੰ ਬਾਹਰ ਫੱਟੇ ਦੇ ਉੱਤੇ ਲਵਾ ਸੰਗਾਣਾ ਤੇ ਚਲਾ ਕੇ ਜੋੜ ਪਾ ਲਵੇ। ਠੀਕ ਹੈ ਤੇ ਤੂੰ ਮਜੀਤ ਜਾਵਣੇ? ਕੋਈ ਗੱਲ ਨਹੀਂ, ਜੀਤ ਜਾਵੀ। ਅੱਛਾ ਆ ਜਾ, ਚੰਗਾ ਫਿਰ ਸਲਾਮਾਂ ਲੈ ਤੂੰ। ਵਾਲੇਕੁਮ ਸਲਾਮ। ਹੁਣੀ ਨਾ ਰੋਟੀ ਲਿਆ ਕੇ ਦੇ ਵੀਏ। ਬਿੱਲੋ ਆ ਪੇਟੀ ਚ ਪਲੇਟਾ ਕਰ ਦੇ। ਲੱਤ ਲੱਗੀ ਗਈ ਸੋ? ਕਿਵੇਂ ਲੱਤ ਲੱਗੀ ਗਈ? ਉਹ ਲੱਤ ਕਿਵੇਂ ਜਾਣੀ ਮੇਰੀ ਭੈਣ, ਉਸਤਾਦ ਆ ਦੇ ਪੂਰੇ ਟੈਲੈਂਟ ਜਾਇਆ, ਮੌਤ ਦੇ ਖੂਹ ਤਾਂ ਜਦੋਂ ਗੇੜਾ ਕੱਢਿਆ ਸੀ ਨਾ ਤੇ ਬਾਸ ਬਣਿਆ ਤੇ ਪੈਸੇ ਉੱਤੋਂ ਫੜਨ ਲੱਗਾ ਤੇ ਮੋਟਰਸਾਈਕਲ ਸਣੇ ਹੀ ਬਾਹਰ ਜਾ ਪਿਆ। ਓਏ ਆ ਲੈ ਓਏ, ਐ ਸ਼ੁਕਰੀਆ। ਮੈਂ ਮੋਟਰਸਾਈਕਲ ਮੌਤ ਦੇ ਖੂਹ ਦੇ ਵਿੱਚ ਪੂਰੇ ਜੋਬਨ ਨਾਲ ਚਲਾਈ ਜਾਂਦਾ ਸੀ, ਹੱਥ ਛੱਡ ਕੇ ਚਲਾਈ ਜਾਂਦਾ ਸੀ, ਬਾਸ ਬਣਿਆ ਜਾਂਦਾ ਸੀ, ਐਂ ਲੋਕਾਂ ਕੋਲ ਪੈਸੇ ਫੜਦਾ ਜਾਂਦਾ ਸੀ। ਅੱਗੂ ਇੱਕ ਮੁਸੱਲੀ ਖਲੋਤਾ,
ਉਹਨੇ 5000 ਵਾਲਾ ਨੋਟ ਆਈ ਮੈਨੂੰ ਕੱਢ ਕੇ ਫੜਾਵਣ ਲੱਗਿਆ। ਮੈਂ ਫੜਨ ਲੱਗਿਆ ਉਹਨੇ ਹੱਥ ਪਿਛਾ ਕਰ ਲਿਆ ਤੇ ਮੋਟਰਸਾਈਕਲ ਬਾਹਰ ਜਾ ਪਿਆ। ਭਾਵੇਂ ਮੇਰੀਆਂ ਲੱਤਾਂ ਵੱਜ ਗਈਆਂ, ਮੇਰੀਆਂ ਪਸਲੀਆਂ ਵੱਜ ਗਈਆਂ, ਮੌਤ ਦੇ ਖੂਹ ਵਾਲਿਆਂ ਦੀ ਦੁਨੀਆ ਦੇ ਵਿੱਚ ਮੈਂ ਆਹਦੇ ਨਾਂ ਦੇ ਝੰਡੇ ਗੱਡ ਦਿੱਤੇ। ਲੱਖ ਲਾਣੇ ਤੇ ਉਸ ਮੁਸੱਲੀ ਦਾ ਕੀ ਗਿਆ? ਲੱਤ ਤੇਰੀ ਵੱਜ ਗਈ, ਤੈਨੂੰ 5000 ਲਵਣ ਦੀ ਕਿਹੜੀ ਜ਼ਰੂਰਤ ਹੈਗੀ? ਇਹ ਮੁਸੱਲੀ ਹਰਕਤ ਕਰ ਲਈ ਤੇ ਤੂੰ ਲੱਤ ਤੋਂ ਬਹਿ ਗਿਆ ਹੈਗਾ ਤੇ ਤੈਨੂੰ ਮੌਤ ਦੇ ਖੂਹ ਵਾਲਿਆਂ ਨੇ ਕੋਈ ਇਮਦਾਦ ਦਿੱਤੀ ਕਿ ਕੋਈ ਨਹੀਂ? ਸ਼ੁਕਰੀਆ, ਮੌਤ ਦੇ ਖੂਹ ਵਾਲਿਆਂ ਤਾਂ ਇਮਦਾਦ ਕਰਨੀ ਆਈ ਕਿਉਂਕਿ ਮੈਂ ਉਹਨਾਂ ਦੇ ਨਾਲ ਪਰਮਾਨੈਂਟ ਕੰਮ ਕਰਦਾ ਪਿਆ। ਪਰ ਕਸੂਰ ਉਸ ਮੁਸੱਲੀ ਦਾ ਨਹੀਂ ਹੈ, ਉਹ ਗਲਤੀ ਮੇਰੀ ਹੈ। ਮੈਂ ਇੱਥੋਂ ਇੱਕ ਮਾਂ ਮਾਤਾ 'ਤੇ ਜ਼ੁਲਮ ਕਰਕੇ ਉਹਦੀ ਬਦਦੁਆ ਲੈ ਕੇ ਟੁਰਿਆ, ਉਹ ਹੱਥ ਛੱਡ ਕੇ ਤੇ ਮੋਟਰਸਾਈਕਲ ਚਲਾਉਣ ਦੇ ਪੈ ਨੂੰ ਮੈਨੂੰ ਅਰਸਾ ਹੋ ਗਿਆ, ਅੱਜ ਤਾਈ ਨਹੀਂ ਡਿੱਗਿਆ, ਲੇਕਿਨ ਮੈਨੂੰ ਇੱਕ ਮਾਂ ਦੀ ਹਾ ਪਈ ਹੈ ਤਾਂ ਮੈਂ ਡਿੱਗਿਆ। ਰਮਜੀ ਬਦਦੁਆਵਾਂ ਤੋਂ ਤੂੰ ਕੋਈ ਨਹੀਂ ਰੁਕਣਾ ਹੈਗਾ, ਜਿਹੜੇ ਤੈਨੂੰ ਪੈਸੇ ਠੀਚਣ ਉਹ ਮੈਨੂੰ ਦੇ, ਤੇਰੇ ਲਾਦ ਦਾ ਇਲਾਜ ਕਰਵਾਵਾਂ। ਇਲਾਜ ਵਾਸਤੇ ਪੈਸੇ ਬੜੇ ਲੱਭਦੇ ਸਨ, ਤੂੰ ਟੈਨਸ਼ਨ ਨਾ ਲੈ। ਆ 5 ਲੱਖ ਰੁਪਈਆ ਮੈਨੂੰ ਮੌਤ ਦੇ ਖੂਹ ਵਾਲਿਆਂ ਦਿੱਤਾ ਹੈ, ਇਹ ਜਾ ਕੇ ਆਦੀ ਮਾਂ ਨੂੰ ਦੇ ਚਾ ਜਿੰਦੀ ਬਦਦੁਆ ਲੈ ਕੇ ਮੈਂ ਟੁਰਿਆ, ਉਹ ਆਦੀ ਧੀ ਦਾ ਜਹੇਜ਼ ਬਣਾ ਲਈ ਸੀ। ਲੈ ਤੈਨੂੰ ਕਿਹੜਾ ਚੱਟੀ ਹੈ, ਤੂੰ ਦਾਜ ਕਣ ਪੈਸੇ ਦੇਉ ਹੈ, ਉਹ ਆਪੇ ਦਾਜ ਬਣਾ ਕੇ ਦੇ ਲਈ ਸੀ। ਉਹ ਤਾਂ 3 ਕੱਪੜਿਆਂ ਦੇ ਵਿੱਚ ਛੋਏ ਟੋਰਦੀ ਪਈ ਆਈ, ਇਹ ਦਾਜ ਵਾਲਾ ਲੋਚ ਵੀ ਮੈਂ ਹੀ ਤਲਿਆ। ਹਾਂ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।